ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ। ਇਸ ਵੇਲੇ ਅਸੀਂ ਖੜ੍ਹੇ ਹਾਂ ਪਿੰਡ ਹਰਪਾਲਪੁਰ ਦੇ ਵਿੱਚ। ਪਿੰਡ ਹਰਪਾਲਪੁਰ ਦੇ ਖੇਤਾਂ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਬੀਤੇ ਦਿਨੀ ਬਿਜਲੀ ਦੇ ਸ਼ੋਰਟ ਸਰਕਟ ਕਰਕੇ ਖੇਤਾਂ ਦੇ ਵਿੱਚ ਜਿਹੜਾ ਨਾੜ ਸੀ ਕਣਕ ਦਾ, ਉਹਨੂੰ ਅੱਗ ਲੱਗ ਗਈ ਅਤੇ ਕਿਸਾਨਾਂ ਦਾ ਇੱਥੇ ਨੁਕਸਾਨ ਹੋ ਗਿਆ। ਕਈ ਏਕੜ ਦਾ ਤਾਂ ਜਿਹੜਾ ਜਿੱਥੇ ਤੂੜੀ ਬਣਨੀ ਸੀ, ਕਣਕ ਦਾ ਨਾੜ ਸੀ, ਉਹ ਸਾਰਾ ਜਲ ਕੇ ਸਵਾਹ ਹੋ ਗਿਆ। ਅਤੇ ਇਹਦੇ ਨਾਲ ਨਾਲ ਕਿਸਾਨਾਂ ਦੀ ਜਿਹੜੀ ਖੁੱਲ੍ਹੀ ਤੂੜੀ ਪਈ ਸੀ, ਤੂੜੀਆਂ ਦੀ ਟਰਾਲੀਆਂ ਸੀ, ਉਹਦਾ ਵੀ ਨੁਕਸਾਨ ਹੋ ਗਿਆ। ਅਤੇ 20 ਟਰਾਲੀਆਂ ਦੇ ਤੂੜੀ ਦੇ ਕੁੱਪ ਬੰਨੇ ਹੋਏ ਸੀ, 2 ਕੁੱਪ ਸੀ 10-10 ਟਰਾਲੀਆਂ ਦੇ, ਉਹ ਵੀ ਸੜ ਕੇ ਸਵਾਹ ਹੋ ਗਏ। ਇਸ ਤੋਂ ਇਲਾਵਾ ਜਿੰਨੇ ਵੀ ਰਸਤੇ ਦੇ ਵਿੱਚ ਦਰਖਤ ਆਉਂਦੇ ਸੀ, ਉਹ ਦਰਖਤ ਸਾਰੇ ਸੜ ਕੇ ਸਵਾਹ ਹੋ ਗਏ। ਜਿਹੜੀ ਅੱਗ ਲੱਗੀ ਹੈ, ਅੱਗ ਇਹ ਲੱਗੀ ਹੈ ਬਿਜਲੀ ਦੇ ਸ਼ਾਰਟ ਸਰਕਟ ਕਰਕੇ। ਮੇਰੇ ਨਾਲ ਹਰਪਾਲਪੁਰ ਦੇ ਕਿਸਾਨ ਨੇ, ਜਿਨ੍ਹਾਂ ਦੀ ਇੱਕ ਗੁਹਾਰ ਵੀ ਹੈ ਪ੍ਰਸ਼ਾਸਨ ਤੋਂ ਕਿ ਕਿਸਾਨਾਂ ਦੀ ਸਰਕਾਰ ਵੱਲੋਂ ਬਾਂਹ ਫੜੀ ਜਾਵੇ, ਬਿਜਲੀ ਦਾ ਜਿਹੜਾ ਮਹਿਕਮਾ, ਬਿਜਲੀ ਮਹਿਕਮੇ ਤੱਕ ਸੰਪਰਕ ਕੀਤਾ ਇਹਨਾਂ ਨੇ। ਇਸ ਤੋਂ ਪਹਿਲਾਂ ਵੀ ਸੰਪਰਕ ਕੀਤਾ, ਅਸੀਂ ਜਿਸ ਖੇਤ ਦੇ ਵਿੱਚ ਖੜ੍ਹੇ ਹਾਂ, ਜੇਕਰ ਮੈਂ ਤੁਹਾਨੂੰ ਦਿਖਾਵਾਂ, ਇੱਥੇ ਇਹ ਇੱਕ ਛੋਟਾ ਜਿਹਾ ਖੇਤ ਹੈ ਅਤੇ ਇਸ ਛੋਟੇ ਜਿਹੇ ਖੇਤ ਦੇ ਵਿੱਚ 11 ਖੰਭੇ ਤਾਂ ਬਿਜਲੀ ਦੇ ਨੇ ਜਿਹੜੇ ਸਪਲਾਈ ਜਾਂਦੇ ਨੇ। ਇਸ ਛੋਟੇ ਜਿਹੇ ਖੇਤ ਦੇ ਵਿੱਚ 11 ਖੰਭੇ ਬਿਜਲੀ ਦੇ ਨੇ ਅਤੇ ਇੱਕ ਵੱਡਾ ਪੋਲ ਹੈ। ਮੇਰੇ ਸੱਜੇ ਪਾਸੇ ਤੁਸੀਂ ਦੇਖੋ ਕਿ ਇਹ ਵੱਡਾ ਪੋਲ ਹੈ, ਜਿਹਦੀ ਹਲੇ ਫਾਊਂਡੇਸ਼ਨ ਭਰੀ ਹੋਈ ਹੈ, ਨੀਂਹ ਭਰੀ ਹੋਈ ਹੈ। ਇਹਦੇ 'ਤੇ ਬਿਜਲੀ ਦੇ ਵੱਡੇ ਟਾਵਰ ਨੇ ਖੜ੍ਹਾ ਹੋਣਾ, ਫਿਰ ਉਸ ਟਾਵਰ ਨੇ ਉੱਪਰੋਂ ਉਹਦੇ ਤਾਰਾਂ ਲੱਗਣੀਆਂ। ਯਾਨੀ ਕਿ ਇਸ ਛੋਟਾ ਜਿਹਾ ਜਿਹੜਾ ਖੇਤ ਹੈ, ਇਹ ਖੰਭਿਆਂ ਦੇ ਨਾਲ, ਵੱਡੇ ਟਾਵਰਾਂ ਦੇ ਨਾਲ, ਬਿਜਲੀ ਦੀਆਂ ਤਾਰਾਂ ਦੇ ਨਾਲ ਬਿਲਕੁਲ ਕਵਰ ਹੋ ਗਿਆ ਅਤੇ ਥੱਲੇ ਕਿਸਾਨ ਆਪਣੀ ਖੇਤੀ ਕਰਦੇ ਨੇ। ਥੱਲੇ ਕਿਸਾਨਾਂ ਦੀ ਜਿਹੜੀ ਫਸਲ ਹੈ, ਉਹ ਹਰ ਵੇਲੇ ਰਿਸਕ ਦੇ ਵਿੱਚ ਹੈ। ਹੁਣ ਦੇਖੋ ਕਿ ਬਿਜਲੀ ਦੇ ਸ਼ੋਰਟ ਸਰਕਟ ਕਰਕੇ ਅੱਗ ਤਾਂ ਲੱਗ ਗਈ, ਪਰ ਇਹਦੇ ਇਸ ਖੇਤ ਦੇ ਵਿੱਚ ਫਸਲ ਵੀ ਸੀ ਪਹਿਲਾਂ ਕਣਕ ਦੀ। ਉਹ ਤਾਂ ਚਲੋ ਪਰਮਾਤਮਾ ਦਾ ਭਲਾ ਕਿ ਕਿਸਾਨਾਂ ਨੇ ਪਹਿਲਾਂ ਫਸਲ ਆਪਣੀ ਵੱਢ ਲਈ ਸੀ, ਨਹੀਂ ਖੜ੍ਹੀ ਕਣਕ ਦੀ ਫਸਲ ਸੀ ਸਾਰੀ, ਉਹ ਸੜ ਕੇ ਸਵਾਹ ਹੋ ਜਾਣੀ ਸੀ। ਅਤੇ ਹੁਣ ਮੇਰੇ ਨਾਲ ਕਿਸਾਨ ਵੀ ਨੇ, ਪੁੱਛਾਂਗੇ ਆਪਾਂ ਇਹਨਾਂ ਨੂੰ ਕਿ ਇੱਕ ਇਹਨਾਂ ਦਾ ਹੋਰ ਵੀ ਕਹਿਣਾ ਕਿਸਾਨਾਂ ਦਾ, ਕਹਿੰਦੇ ਕਿ ਅਸੀਂ ਤਾਂ ਬਿਜਲੀ ਮਹਿਕਮੇ ਤੱਕ ਕਿੰਨੀਆਂ ਕੋਸ਼ਿਸ਼ਾਂ ਕਰ ਲਈਆਂ, ਕਿੰਨੇ ਵਾਰ ਅਸੀਂ ਕਿਹਾ ਬਿਜਲੀ ਮਹਿਕਮੇ ਵਾਲਿਆਂ ਨੂੰ ਕਿ ਸਾਡੇ ਖੇਤ ਦੇ ਵਿੱਚ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ, ਇਹਨਾਂ ਤਾਰਾਂ ਨੂੰ ਭਾਵੇਂ ਕੋਈ ਬੰਦਾ, ਕੋਈ ਮੁੰਡਾ, ਨੌਜਵਾਨ ਹੱਥ ਦੇ ਨਾਲ ਫੜ ਲਏ, ਇੰਨੇ ਆਹ ਨੀਵੇਂ 'ਚ ਤਾਰਾਂ ਨੇ, ਹੱਥ ਨਾਲ ਖੇਤ ਦੇ ਵਿੱਚ ਖੜ੍ਹ ਕੇ ਤਾਰਾਂ ਫੜੀਆਂ ਜਾ ਸਕਦੀਆਂ ਨੇ। ਤੁਸੀਂ ਦੇਖ ਵੀ ਸਕਦੇ ਹੋ ਕਿ ਕੋਈ ਉੱਚੇ ਵੀ ਨਹੀਂ ਹੈਗੀਆਂ ਤਾਰਾਂ, ਹਵਾ ਦੇ ਨਾਲ ਤਾਰਾਂ ਹੱਲ ਰਹੀਆਂ ਨੇ। ਕਿਸਾਨਾਂ ਨੇ ਥੱਲੋਂ ਆਪਣੇ ਟਰੈਕਟਰ ਵੀ ਲੰਘਾਉਣੇ ਨੇ, ਕਿਸਾਨਾਂ ਨੇ ਥੱਲੋਂ ਆਪਣੇ ਕੰਬਾਈਨ ਮਸ਼ੀਨ, ਜਦੋਂ ਫਸਲ ਦੀ ਕਟਾਈ ਹੁੰਦੀ ਹੈ ਆਪਣੀ ਫਸਲ ਵੀ ਵੱਢਣੀ ਹੈ, ਤਮਾਮ ਤਰ੍ਹਾਂ ਦਾ ਕੰਮ ਕਿਸਾਨਾਂ ਨੇ ਕਰਨਾ, ਪਰ ਤਾਰਾਂ ਬਿਲਕੁਲ ਢਿੱਲੀਆਂ ਨੇ, ਖੰਭੇ ਸਾਰੇ ਟੇਢੇ ਹੋਏ ਹੋਏ ਨੇ। ਤੁਸੀਂ ਦੇਖ ਲਿਓ, ਆਪਣੇ ਨਾਲ ਤਮਾਮ ਕਿਸਾਨ ਨੇ ਜਿਹੜੇ ਮੌਜੂਦ ਨੇ, ਬਾਬਾ ਬਖਸ਼ੀਸ ਆਪਣੇ ਨਾਲ ਹੈ। ਬਾਬਾ ਜੀ, ਫਿਰ ਖਾਸਾ ਨੁਕਸਾਨ ਹੋ ਗਿਆ? ਨੁਕਸਾਨ ਬਹੁਤ ਹੋ ਗਿਆ ਜੀ, ਵੀ ਇੰਨਾ ਨੁਕਸਾਨ ਹੋ ਗਿਆ ਕੁਛ ਕਹਿ ਨਹੀਂ ਸਕਦੇ। ਇਹ ਤੂੜੀ ਹੈ, ਤੂੜੀ ਅਸੀਂ ਡੰਗਰਾਂ ਨੂੰ ਕਿੱਥੋਂ ਪਾਵਾਂਗੇ? ਤਾਰਾਂ ਭਿੜਕੇ ਭੜਾਕੇ ਪਏ ਹੈ, ਅੱਗ ਲੱਗੀ ਹੈ, ਉੱਧਰ ਦਰਖਤ ਝੁਲਸੇ ਗਏ, ਇਹਨਾਂ ਬੰਦਿਆਂ ਦੇ 2 ਕੁੱਪ ਫੂਕ ਗਏ, ਬਾਕੀ ਖੁੱਲ੍ਹੀ ਤੂੜੀ ਪਈ ਸੀ ਉਹ ਫੁੱਕ ਗਈ, 5 ਕਿੱਲਿਆਂ ਦਾ ਨਾੜ ਫੁੱਕ ਗਿਆ। ਹੈਂਜੀ, ਉਹਦਾ ਇੰਨਾ ਸ਼ੁਕਰ ਹੋ ਗਿਆ, ਡੇਰੇ ਮੈਂ ਤਾਂ ਡੰਗਰ ਖੋਲ੍ਹ ਖੋਲ੍ਹ ਕੇ ਭਜਾਏ ਹੈ, ਨਹੀਂ ਡੰਗਰ ਵੀ ਫੂਕਦੇ। ਕਿੰਨੇ ਵਾਰੀ ਇਹਨਾਂ ਵਾ ਪਹੁੰਚ ਕਰ ਲਈ ਵੀ ਜਿਹੜੀਆਂ ਤਾਰਾਂ ਨਵੀਆਂ ਪਾ ਦਿਓ, ਤਾਰਾਂ ਪੁਰਾਣੀਆਂ, 20-20 ਜੀ ਮੋਟਰਾਂ ਪਾਈ ਵੀਆਂ ਲੋਕਾਂ ਨੇ, ਤਾਰਾਂ ਉਹੀ 5-5 ਮੋਟਰ ਵਾਲੀਆਂ, ਬਿਲਕੁਲ ਕੋਈ ਸੁਣਵਾਈ ਨਹੀਂ ਹੈ, ਕੋਈ ਵੀ ਸੁਣਵਾਈ ਨਹੀਂ ਹੈ। ਤੁਸੀਂ ਕਿਹਾ ਸੀ ਬਿਜਲੀ ਮਹਿਕਮੇ ਵਾਲਿਆਂ ਨੂੰ ਕਈ ਵਾਰੀ ਕਹਿ ਲਿਆ ਜੀ,
ਕੀ ਕਹਿੰਦੇ ਨੇ ਫਿਰ ਉਹ? ਪਾ ਦੇਂਗੇ ਜੀ, ਐਸਟੀਮੇਟ ਭੇਜੇ ਪਏ ਜੀ, ਪਰ ਕੋਈ ਐਸਟੀਮੇਟ ਪਾਸ ਨਹੀਂ ਹੋਇਆ, ਕੋਈ ਇੱਥੇ ਆਇਆ ਨਹੀਂ। ਪੈਸੇ ਦਿਓ ਤੂੰ ਛੱਪ ਚੰਡ ਕਰਕੇ ਚਲੇ ਗਏ। ਕਿਹੜਾ ਗ੍ਰਿਡ ਪੈਂਦਾ ਤੁਹਾਨੂੰ? ਸਾਨੂੰ ਲੋੜ ਉਹੀ ਜਾਲ ਵਿਛਾ ਰੱਖਿਆ ਵੇ ਮਤਬਲਾ, ਇਹ ਸਾਡੀ ਮੰਗ ਹੈ। ਅਤੇ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਟਾਈਮ ਵਗੈਰਾ ਦਿੱਤਾ? ਬਿਜਲੀ ਮਹਿਕਮੇ ਨੇ ਕਿੰਨੇ ਦਿਨਾਂ 'ਚ ਕਰ ਦਾਂਗੇ ਇਹ? ਕੋਈ ਟਾਈਮ ਨਹੀਂ ਜੀ ਸਾਨੂੰ ਦਿੱਤਾ, ਕੋਈ ਟਾਈਮ ਨਹੀਂ ਦਿੱਤਾ। ਇਹ ਦਿਨ 'ਚ ਲੱਗੀ ਅੱਗ ਜਾਂ ਰਾਤ ਨੂੰ? ਇਹ ਅੱਗ ਲੱਗੀ ਹੈ ਕੋਈ 4 ਵਜੇ ਲੱਗੀ ਹੈ। 4 ਵਜੇ ਲੱਗੀ? ਹਾਂ, ਉੱਧਰ ਫਿਰ ਅੰਧੀ ਆ ਗਈ, ਅੰਧੀ ਨੇ ਇੱਕਦਮ ਚੱਕ ਜਿਹਾ ਕੰਮ, ਦੋਨੋਂ ਗੱਲਾਂ ਇਕੱਠੀਆਂ ਹੋ ਗਈਆਂ। ਹਾਂ ਜੀ। ਅਤੇ ਅੱਗੇ ਤੂੜੀ ਪਈ ਸੀ? ਤੂੜੀ ਪਈ ਸੀ, ਖੁੱਲ੍ਹੀ ਤੂੜੀ 'ਚ ਕਈ ਟਰਾਲੀਆਂ ਫੁੱਕ ਗਈਆਂ। ਤੂੜੀ ਕੀ 20 ਟਰਾਲੀਆਂ ਇਹਨਾਂ ਨੇ ਕੁੱਪਵਾਂ ਪਾਈ ਵੀ, 10-10 ਟਰਾਲੀਆਂ 2 ਕੁੱਪ। ਹਾਂ, ਬਾਕੀ ਇਹਨਾਂ ਕੀ ਖੁੱਲ੍ਹੀ ਤੂੜੀ ਜੀ, 5 ਕਿੱਲਿਆਂ ਦਾ ਨੜ ਸੜ ਗਿਆ ਇਹਨਾਂ ਦਾ। ਖਾਸਾ ਨੁਕਸਾਨ ਹੋ ਗਿਆ? ਬਹੁਤ ਨੁਕਸਾਨ ਹੋ ਗਿਆ ਜੀ, ਜ਼ਿਮੀਂਦਾਰ ਤਾਂ ਤੰਗ ਹੋਈ ਡੰਗਰਾਂ ਨੂੰ ਕਿਆ ਪਾਵੇਂਗੇ ਜੀ। ਜੇ ਬੰਦਾ ਹੁੰਦਾ ਇਹਨਾਂ ਮਤਲਬ ਕੋਈ, ਇਹ ਬੰਦਾ ਵੀ ਝੁਲਸਿਆ ਜਾਂਦਾ, ਮਰ ਜਾਂਦਾ ਬੰਦਾ। ਬਿਲਕੁਲ, ਤਾਰਾਂ ਨੂੰ ਹੱਥ ਲੱਗ ਰਿਹਾ ਤੁਹਾਡੇ ਸਾਹਮਣੇ ਹੀ, ਦੇਖ ਲਿਓ ਹੱਥ ਲੱਗ ਰਿਹਾ ਤਾਰਾਂ। ਜੇ ਥੱਲੇ ਫਸਲ ਵੀ ਹੁੰਦੀ ਉਹਦਾ ਵੀ ਨੁਕਸਾਨ ਹੋ ਜਾਂਦਾ, ਉਹਦਾ ਵੀ ਨੁਕਸਾਨ ਸੀ। ਉਹਦਾ ਉੱਥੇ ਏ ਸੀ ਕਮਰਿਆਂ ਮਾ ਬੈਠੇ ਹੈ, ਉੱਠੀ ਬੈਠੇ ਲਿਖੇ ਹਰ ਦਈ ਵੀ ਹੁੰਦੀ ਹੈ ਜਿਹੜੀ ਅਰਥ ਵੀ ਨਹੀਂ ਉਹਦੀ। ਹਾਂ, ਇੱਥੇ ਆ ਜਾਓ। ਕੋਈ ਟਰਾਂਸਫਾਰਮਰ ਨੂੰ ਅਰਥ ਨਹੀਂ ਦਈ ਵੀ, ਟਰਾਂਸਫਾਰਮ ਫੂਕੇਗਾ ਪਹਿਲਾਂ ਹੀ ਕਹਿ ਦਿਆਂ ਜੀ ਪੈਸੇ ਇਕੱਠੇ ਕਰੋ, ਕਿਆ ਬਾਤ ਵੀ ਉਹਨਾਂ ਬਾਪ ਕਾ ਟਰਾਂਸਫਾਰਮ ਪੈਸੇ ਇਕੱਠੇ ਕਰਕੇ। ਬਿਲਕੁਲ, ਮੇਰੇ ਨਾਲ ਬਾਈ ਸੁਖਵਿੰਦਰ ਵੀ ਹੈ ਚੜੂਨੀ ਯੂਨੀਅਨ ਤੋਂ। ਹਾਂਜੀ ਬਾਈ ਜੀ, ਤੁਸੀਂ ਯੂਨੀਅਨ ਨਾਲ ਸੰਬੰਧਿਤ ਹੋ, ਫਿਰ ਫੜੋ ਕਿਸਾਨਾਂ ਦੀ ਬਾਂਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰੇ ਇੰਨੀ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਹੈ ਨਾ ਬਿਜਲੀ ਬੋਰਡ ਵਾਲਿਆਂ ਦੀ, ਪੁੱਛਿਆ ਹੀ ਕੁਛ ਨਾ। ਕੱਲ੍ਹ ਜਦੋਂ ਅੱਗ ਲੱਗੀ ਹੈ ਨਾ ਇੱਥੇ ਆ ਕੇ, ਅਸੀਂ ਅੱਗ ਲੱਗਣ ਤੋਂ ਬਾਅਦ ਜੇਈ ਨਾਲ ਸੰਪਰਕ ਕਰਿਆ, ਜੇਈ ਨਾਲ ਸੰਪਰਕ ਕਰਿਆ ਅਸੀਂ, ਜੇਈ ਨੂੰ ਫੋਨ ਕੀਤਾ ਬੀਬੀ ਆ ਕੇ ਇੱਥੇ ਦੇਖੋ ਸਾਡੇ ਵੀ ਕੀ ਆ ਹਾਲ ਹੋਇਆ। ਉਹਨੇ ਸਾਨੂੰ ਕਿਹਾ ਤੁਸੀਂ ਜ਼ੋਰ ਲਓ ਜੋ ਤੁਹਾਡੇ ਤੋਂ ਲੱਗਦਾ, ਵੀ ਐਂ ਤਾਂ ਨਹੀਂ ਕੰਮ ਚੱਲਦੇ ਹੈਗੇ, ਜ਼ੋਰ ਦੇ ਜ਼ੋਰ ਤਾਂ ਨਾ ਦੇਖਿਆ ਜਾਵੇ ਕਿਸਾਨਾਂ ਦਾ। ਇਹ ਇਹਨਾਂ ਦੇ ਦੇਖੋ ਪਹਿਲਾਂ ਤਾਂ ਤਾਰਾਂ ਦੇਖੋ ਇਹਨਾਂ ਦੀਆਂ, ਜਿਵੇਂ 2 ਹੱਥਾਂ ਨਾਲ ਫੜ ਲਿਆ ਹੱਥਾਂ ਨਾਲ ਤਾਰਾਂ ਫੜੀ ਜਾਂਦੀਆਂ ਇਹਨਾਂ ਦੀਆਂ। ਬਾਅਦ 'ਚ ਫਿਰ ਦੇਖੋ ਇਹਨਾਂ ਦੇ ਉਰੇ ਤੋਂ ਅੱਗ ਸਟਾਰਟ ਹੋਈ ਹੈ, ਅੱਗ ਲੱਗਦੀ ਲੱਗਦੀ ਪਹਿਲਾਂ ਨਾੜ ਫੂਕਿਆ ਇਹਨਾਂ ਦਾ 5 ਕਿੱਲੇ, ਉਹ ਤੋਂ ਬਾਅਦ ਜਾ ਕੇ ਇਹਨਾਂ ਦੇ ਕੁੱਪ ਸੜੇ, ਕੁੱਪ ਇਹਨਾਂ ਦੀ 20 ਟਰੇਲੀਆਂ ਕੁੱਪਾਂ ਸੀਗੀਆਂ। ਉੱਧਰ ਉਹਨਾਂ ਦੇ ਬਈਆਂ 'ਤੇ ਨਾ ਸਾਡੇ ਨਾਲ ਇੱਕ ਡੇਰਾ, ਡੇਰੇ 'ਚ ਰਹਿੰਦੇ ਹਾਂ ਉਹ, ਉਹਨਾਂ ਦੇ ਡੰਗਰ ਅਸੀਂ ਖੋਲ੍ਹੇ ਆ ਗਏ ਉਰੇ ਤੋਂ, ਡੰਗਰ ਖੋਲ੍ਹ ਕੇ ਉਹਨਾਂ ਨੇ ਡੰਗਰ ਬਾਹਰ ਕੱਢੇ ਭਜਾਏ ਉਹਨਾਂ ਦੇ, ਫਿਰ ਉਹਨਾਂ ਦੇ ਬਚਾਓ ਹੋਇਆ। ਰਾਤ ਨੂੰ ਫੇਰਬੋ ਗੇਟ ਆਈ, ਫੇਰਬੋ ਗੇਟ ਨਾਲ ਅੱਗ ਬੁਝੋਈ, ਫਿਰ ਸੈੱਟ ਦੇ ਵਿੱਚ ਅੱਗ ਵੜ ਗਈ ਉਹਨਾਂ ਦੇ ਜਾ ਕੇ। ਇੰਨਾ ਮਾੜਾ ਹਾਲ ਹੈ ਯਾਰ, ਅਸੀਂ ਤਾਂ ਨਹੀਂ ਦੇਖਿਆ ਹੈਗਾ। ਤੁਹਾਨੂੰ ਉਹ ਕੌਣ ਕਹਿੰਦਾ ਸੀ ਜੋ ਹੁੰਦਾ ਕਰ ਲਓ? ਉਹ ਸਾਨੂੰ ਜੇਈ ਨਾਲ ਸੰਪਰਕ ਕਰਿਆ ਸੀ, ਜੇਈ ਨੂੰ ਫੋਨ ਕੀਤਾ ਵੀ ਜੇਈ ਸਾਹਿਬ ਵੀ ਆ ਕੇ ਦੇਖੋ ਇੱਥੇ ਵੀ ਇੰਨਾ ਨੁਕਸਾਨ ਹੋਇਆ, ਇਹਦੀ ਭਰਵਾਈ ਕੌਣ ਕਰੇਗਾ? ਉਹਨੇ ਸਾਨੂੰ ਜਵਾਬ ਦਿੱਤਾ ਵੀ ਤੁਹਾਡੇ ਜ਼ੋਰ ਲੱਗਦਾ ਤੁਸੀਂ ਲਾਓ। ਹੁਣ ਹੈਗਾ ਤੁਹਾਡੇ ਕੋਲ ਜੇਈ ਦਾ ਨੰਬਰ? ਜੇਈ ਦਾ ਨੰਬਰ ਸਾਡੇ ਕੋਲ ਹੈਗਾ, ਫੋਨ ਕਰਕੇ ਦੇਖੋ ਬਈ ਫੋਨ ਕਰਾ ਦਿਓ। ਅੱਗੇ ਆ ਜਾਓ, ਇੱਥੇ ਆ ਜਾਓ। ਬਾਬਾ ਜੀ ਇੱਕ ਮਿੰਟ ਜੀ, ਇੱਕ ਮਿੰਟ ਜੀ, ਸਾਹਿਬ ਨੂੰ ਜੋ ਥੋੜ੍ਹੀ ਮੁਸ਼ਕਿਲ ਹੈਗੀ ਹੈ ਦੱਸੋ ਜੀ ਕੌਣ।
ਜੇ ਇਹਨੇ ਚੱਕਵਾਣੀ ਦੁਬਾਰੇ ਦੇਖਿਓ ਕਰਕੇ ਇੱਕ ਵਾਰ ਨਹੀਂ ਜੀ ਕਿ ਚਾਹ ਜੋ ਮਰਜ਼ੀ ਕਰ ਮੇਰੇ ਘਰ ਬੈਸ ਹੋਈ ਨਾ ਗੱਲ ਪਹਿਲਾਂ ਦੂਏ ਹੋਰ ਕੇ ਨੰਬਰ ਪਰ ਲਾ ਲਿਓ ਕੋਈ ਸੁਣਾਈ ਨਹੀਂ ਹੈ ਜੀ ਬੈਸ ਕੇ ਹੋਈ ਉਹ ਤਾਂ ਚੱਕਦੇ ਹੁੰਦੇ ਜੀ ਜੇ ਹੋਰ ਕੇ ਨੰਬਰ ਪਰ ਲਾ ਲਿਓ ਜੋ ਹੁੰਦਾ ਕਰ ਲਿਓ ਹਾਂਜੀ ਹਾਂ ਕਿਹਾ ਉਹਨਾਂ ਨੇ ਨਹੀਂ ਚੱਕਦਾ ਜੀ ਇਹ ਹਾਲ ਹੈ ਜੀ ਇਹਨਾਂ ਦਾ ਜੇ ਕੱਲ ਨੂੰ ਕੋਈ ਨਫਾ ਨੁਕਸਾਨ ਕੀਤੀ ਵੀ ਚੱਲ ਲੈਟ ਯਾਰ ਤਾਰ ਟੁੱਟ ਕੇ ਗਿਰ ਜੇ ਕਿਤੇ ਕਿਹਦੇ ਨਾਲ ਸੰਪਰਕ ਕਰੀ ਜਦੋਂ ਜੇ ਹੀ ਨਹੀਂ ਸਾਡਾ ਨੰਬਰ ਚੱਕਦਾ ਹੈਗਾ ਕਿਸੇ ਦਾ ਉਹਨਾਂ ਕੋਲ ਜਦ ਸਰਕਾਰੀ ਨੰਬਰ ਹੈਗਾ ਉਹਦੇ ਕੋਲ ਉਹਨੇ ਚੱਕਣ ਦਾ ਉਹਦਾ ਫਰਜ਼ ਬਣਦਾ ਵੀ ਕੱਲ ਨੂੰ ਭਾਈ ਕਿਸੇ ਨਾਲ ਤਾਰ ਟੁੱਟ ਜੇ ਕਰੰਟ ਲੱਗ ਜੇ ਅਸੀਂ ਜੇ ਨਾਲ ਸੰਪਰਕ ਕਰਾਂਗੇ ਹੋਰ ਕਿਹਦੇ ਨਾਲ ਕਰਾਂਗੇ ਇਹ ਜੇ ਹੀ ਸਾਡਾ ਫੋਨ ਨਹੀਂ ਚੱਕਦਾ ਹੋਰ ਅਸੀਂ ਕੀ ਕਰਾਂਗੇ ਦੱਸੋ ਜੀ ਮੈਂ ਦੇਖਦਾ ਮੇਰੇ ਨਾਲ ਕਰਕੇ ਫਿਰ ਕਸੂਰ ਜ਼ਿਮੀਂਦਾਰ ਦਾ ਕੱਢ ਦਾਂਗੇ ਜੀ ਇਹ ਮੈਂ ਮਾਰੂੰ ਦਿਆ ਲੱਗ ਜਾ ਕੋਈ ਵੀ ਕੰਮ ਹੈ ਤਾਂ ਜ਼ਿਮੀਂਦਾਰ ਤੇ ਆਉਂਦਾ ਹੈਲੋ ਹਾਂਜੀ ਜੇਈ ਸਾਹਿਬ ਗੱਲ ਕਰ ਰਹੇ ਹੋ ਜੀ ਜੇਈ ਸਾਹਿਬ ਕੀ ਹਾਲ ਚਾਲ ਹੈ ਜੀ ਜੀ ਗੁਰਜਿੰਦਰ ਸਿੰਘ ਪੰਗੂ ਗੱਲ ਕਰਦਾ ਪੱਤਰਕਾਰ ਲੋਕਰਣ ਚੈਨਲ ਤੋਂ ਹਾਂਜੀ ਹਰਪਾਲਪੁਰ ਪਿੰਡ ਦੇ ਵਿੱਚ ਕੱਲ੍ਹ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਹੈ ਹਰਪਾਲਪੁਰ ਪਿੰਡ ਦੇ ਵਿੱਚ ਓਕੇ ਇਹਦੇ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਨਹੀਂ ਕੋਈ ਠੀਕ ਹੈ ਜੀ ਕੱਲ੍ਹ ਇੱਕ ਮਿੰਟ ਹੋਲਡ ਰੱਖਿਓ ਜੀ ਤੁਹਾਡਾ ਕੀ ਨਾਮ ਸਰਬਜੀਤ ਸਿੰਘ ਨੇ ਤੁਹਾਨੂੰ ਕੱਲ੍ਹ ਫੋਨ ਕੀਤਾ ਸੀ ਹਰਪਾਲਪੁਰ ਪਿੰਡ ਤੋਂ ਕੀ ਗੱਲ ਹੋਈ ਸੀ ਤੁਹਾਡੀ ਸਰਬਜੀਤ ਸਿੰਘ ਨਾਲ ਜੀ ਠੀਕ ਹੈ ਜੀ ਇਹ ਜਿਹੜੇ ਮੈਂ ਹੁਣ ਅਸੀਂ ਖੇਤ ਦੇ ਵਿੱਚ ਖੜ੍ਹੇ ਹਾਂ ਵੀਡੀਓ ਕਰ ਰਹੇ ਹਾਂ ਅਤੇ ਇੱਕ ਤਾਂ ਕਿਸਾਨਾਂ ਦੀ ਦੇਖੋ ਤੁਹਾਨੂੰ ਜਿਹੜੀ ਉਹ ਪਹਿਲੀ ਮੰਗ ਹੋਏਗੀ ਕਿ ਇੱਕ ਤਾਂ ਖੰਭੇ ਟੇਢੇ ਨੇ ਸਾਰੇ ਖੇਤਾਂ ਦੇ ਵਿੱਚ ਅਤੇ ਦੂਜਾ ਤਾਰਾਂ ਢਿੱਲੀਆਂ ਨੇ ਜੀ ਉਹ ਤਾਂ ਚਲੋ ਤੁਸੀਂ ਐਂ ਲਾ ਲਓ ਕਿ ਵੀ ਥੱਲੇ ਫਸਲ ਨਹੀਂ ਕਿਸਾਨ ਦੀ ਸੀ ਇਸ ਕਰਕੇ ਬਚਾਅ ਹੋ ਗਿਆ ਜੇ 5 ਏਕੜ ਨਾੜ ਫੁੱਕ ਗਿਆ ਤਾਂ 5 ਏਕੜ ਕਣਕ ਵੀ ਫੁੱਕ ਸਕਦੀ ਸੀ ਹੈ ਨਾ ਤਾਂ ਜ਼ਰੂਰ ਤੁਸੀਂ ਸਾਰੇ ਕਿਸਾਨਾਂ ਦੇ ਨਾਲ ਜੇਈ ਸਾਹਿਬ ਰਾਬਤਾ ਕਰਕੇ ਜੋ ਵੀ ਸਮੱਸਿਆਵਾਂ ਹੈਗੀਆਂ ਨੇ ਤਾਰਾਂ ਟਾਈਟ ਕਰ ਦਿਉ ਖੰਭੇ ਸਿੱਧੇ ਕਰ ਦਿਉ ਸੀਜ਼ਨ ਤੋਂ ਪਹਿਲਾਂ ਕਿਉਂਕਿ ਤੁਹਾਨੂੰ ਪਤਾ ਕਿ ਜੀਰੀ ਦਾ ਸੀਜ਼ਨ ਆ ਜਾਣਾ ਅਤੇ ਬਿਜਲੀ ਦਾ ਲੋਡ ਪੈ ਜਾਣਾ ਹੈ ਨਾ ਅਤੇ ਹੋਰ ਵੀ ਫਿਰ ਨੁਕਸਾਨ ਹੋ ਸਕਦੇ ਹੈ ਅਤੇ ਤੁਸੀਂ ਹਾਂ ਇਹ ਤੁਹਾਡੇ ਕੋਲ ਆਉਣਗੇ ਕਿਨੌਰ ਤੁਹਾਨੂੰ ਸੋਮਵਾਰ ਨੂੰ ਮਿਲਣਗੇ ਆ ਕੇ ਅਤੇ ਤੁਸੀਂ ਕਰ ਦਿਓ ਇਹਨਾਂ ਦਾ ਮਸਲਾ ਹੱਲ ਓਕੇ ਠੀਕ ਹੈ ਜੀ ਸੋ ਦੋਸਤੋ ਜੇਈ ਜਿਹੜੇ ਘਨੌਰ ਹੈਗੇ ਨੇ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ
ਤਾਰਾਂ ਵੀ ਟਾਈਟ ਕਰ ਦਾਂਗੇ ਅਸੀਂ, ਜਿਹੜੇ ਖੰਭੇ ਨੇ ਇਹਨਾਂ ਖੰਭਿਆਂ ਦਾ ਵੀ ਅਸੀਂ ਬਿਲਕੁਲ ਇਹਨਾਂ ਨੂੰ ਸਿੱਧੇ ਕਰ ਦਾਂਗੇ, ਟੇਢੇ ਹੁਣ ਹੋਏ ਹੋਏ ਨੇ ਇਹ। ਅਤੇ ਹੋਰ ਫਿਰ ਤੁਹਾਡੀ ਕੀ ਮੰਗ ਹੈ ਹੁਣ ਸਰਕਾਰ ਤੋਂ? ਸਾਡੀ ਤਾਂ ਇਹੀ ਮੰਗ ਹੈ ਜੀ, ਜਿਹਨਾਂ ਜਿਹੜਾ ਨਾ ਇਹਨਾਂ ਦਾ ਨਫਾ ਨੁਕਸਾਨ ਹੋਇਆ ਇਹਨਾਂ ਦਾ, ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸਾਡੀ ਇਹੀ ਜ਼ਿਆਦਾ ਖੁਆਇਸ਼ ਹੈ ਵੀ ਪਤਾ ਕਿਹਦੇ ਕਰੇ ਜੀ, ਇਹਨਾਂ ਦਾ ਕੋਈ ਐਡੇ ਬਹੁਤੇ ਕਿਹੜੇ ਬੜੇ ਜ਼ਿੰਮੀਦਾਰ ਨਹੀਂ ਹੈ ਜੀ, ਇਹ ਛੋਟੇ ਜਿਹੇ ਇੱਕ ਜ਼ਿੰਮੀਦਾਰ ਹੈ। ਇਹਨਾਂ ਨੇ ਆਪਣੇ ਡੰਗਰ ਰੱਖੇ ਵੀ ਆ 5-7, ਇਹਨਾਂ ਨੇ 10 ਕਟਰੇਲੀਆਂ ਮੁੱਲ ਲੈ ਕੇ ਵੀ ਇਹਨਾਂ ਨੇ ਕੁੱਪ ਬਣਵਾਇਆ ਆਪਣਾ, 10 ਟਰੇਲੀਆਂ ਮੁੱਲ ਲੈ ਕੇ ਇਹਨਾਂ ਕੁੱਪ ਬਣਵਾਇਆ। ਹਰ ਕੁੱਪ ਕਾ ਦੇਖ ਲਓ ਜੀ ਖਰਚਾ ਇਹਨਾਂ ਹੁੰਦਾ ਹੈ, ਤੁਹਾਨੂੰ ਵੀ ਪਤਾ ਜੀ, ਬਣਾਈ ਵੀ ਦਈ ਹੈ ਜੀ ਇਹਨਾਂ ਨੇ। ਹੁਣ ਇਹਨਾਂ ਕੋਲੋਂ ਇੱਕ ਪੱਲੀ ਵੀ ਨਹੀਂ ਇਹਨਾਂ ਕੋਲ ਬਚੀ ਹੈਗੀ ਡੰਗਰ ਨੂੰ ਪਾਉਣ ਵਾਸਤੇ। ਅੱਜ ਪਿੰਡ ਦੇ ਵਿੱਚੋਂ ਇਹਨਾਂ ਕੋਲ ਘਰ ਨਾ ਇਹਨਾਂ ਦੇ ਤੂੜੀ ਭੇਜੀ ਗਈ ਹੈ, 4-5 ਪੰਡਾਂ ਬੰਨ ਕੇ ਵੀ ਤੁਸੀਂ ਇਹਨੇ ਸਾਰੋ ਆਪਣਾ, ਕੋਈ ਨਹੀਂ ਹਿੱਲਾ ਕਰਦੇ, ਡੰਗ ਟਪਾਓ ਇਹਨੇ, ਹਾਂ ਇਹਨੇ ਡੰਗ ਟਪਾਓ ਵੀ ਕੋਈ ਨਹੀਂ ਹਿੱਲਾ ਕਰਦੇ ਇਹਨਾਂ ਦਾ, ਪਰ ਇਹਨਾਂ ਨੂੰ ਬਣਦਾ ਇਹਨਾਂ ਦਾ ਜੋ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ, ਸਾਡੀ ਇਹੀ ਸਰਕਾਰ ਤੋਂ ਜੇ ਹੋ ਸਕੇ ਤਾਂ ਜ਼ਰੂਰ ਬਾਂਹ ਫੜੀ ਜਾਵੇ। ਹਾਂ ਜ਼ਰੂਰ ਬਾਂਹ ਫੜੀ ਜਾਵੇ ਜੀ, ਬਿਲਕੁਲ ਨਹੀਂ। ਦੇਖੋ ਅਸੀਂ ਵੀ ਇਸ ਗੱਲ ਦੀ ਤਾਂ ਹਾਮੀ ਭਰਦੇ ਹਾਂ ਕਿ ਜਿੰਨਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ, ਭਾਵੇਂ ਹਰਪਾਲਪੁਰ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ, ਕੋਈ ਇੱਦਾਂ ਦੀ ਸਿਚੁਏਸ਼ਨ ਬਣਦੀ ਹੈ, ਭਾਵੇਂ ਕੁਦਰਤੀ ਆਫਤ ਹੋਵੇ ਜਾਂ ਫਿਰ ਇੱਦਾਂ ਦੇ ਹਾਲਾਤ ਬਣ ਜਾਂਦੇ ਕਿ ਸ਼ਾਰਟ ਸਰਕਟ ਹੋਣ ਕਰਕੇ ਕਿਸਾਨਾਂ ਦੇ ਜਿਹੜੇ ਹੈਗੇ ਨੇ ਫਸਲਾਂ ਖੜੀਆਂ, ਫਸਲਾਂ ਸੜ ਜਾਂਦੀਆਂ ਨੇ, ਹੋਰ ਨੁਕਸਾਨ ਹੋ ਜਾਂਦੇ ਨੇ। ਸਰਕਾਰਾਂ ਜ਼ਰੂਰ ਬਾਂਹ ਫੜਨ ਅਤੇ ਜ਼ਰੂਰ ਜਿੰਨਾ ਹੋ ਸਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਕਿ ਜਿੱਥੇ ਕਿੱਥੇ ਵੀ ਢਿੱਲ ਮੱਠ ਕੋਈ ਹੈਗੀ ਹੈ, ਨਾ ਕੋਈ ਵੱਡੇ ਨੁਕਸਾਨ ਹੋਣ, ਉਸ ਤੋਂ ਪਹਿਲਾਂ ਹੀ ਉਹਦੀ ਤਿਆਰੀ ਕੀਤੀ ਜਾਵੇ।